लो भी मित्र, रात के बज गए 9 ते मैं आया गड्डी वाश करन। सो इत्थे इन्होंने कोड जिहा दित्ता हुंदा, इह कोड इत्थे पंचिंग कर देना। फिलहाल एक गड्डी ऑलरेडी अंदर वा, उस तो बाद फिर आपां जावांगे अंदर। लो जी गड्डी आपां एंटर करती है, ते उत्थे सारियां डायरेक्शन जी आई जांदी वी, अगे करो, स्टॉप करो, बैक करो। ते हुण प्री सोक होगा, इहनूं बंद कर दिंदे आ। तुसीं लाइटां दा नज़ारा उठा सकते हो। ते पहलां थोड़ा जिहा प्री सोक करके गड्डी नूं, उस तों बाद क्लीन करांगे। ते लाइटां बड़ियां शानदार लाईआं अंदर। आ देखो बहुत ही कलरफुल सोप सुट्टिया इन्हां ने। ਹੁਣ ਵੇਖੋ ਕੀ ਸਟੈਪ ਚੁੱਕਦੇ ਅਗਲਾ। ਹੁਣ ਪਾਣੀ ਵੱਜੂਗਾ ਸ਼ਰੀਰ, ਪਿਛਲੇ ਸ਼ੀਸ਼ੇ 'ਤੇ ਪਾਣੀ ਆਲਰੇਡੀ ਵੱਜ ਰਿਹਾ, ਹੁਣ ਹੌਲੀ ਹੌਲੀ ਅੱਗੇ ਨੂੰ ਆਊਗਾ। ਗੁੱਡ ਜੋਬ, ਗੁੱਡ ਜੋਬ। ਲਓ ਜੀ ਗੱਡੀ ਆਪਣੀ ਹੋ ਗਈ ਸਾਫ਼ ਬਾਹਰੋਂ, ਅਤੇ ਅੰਦਰੋਂ ਧੁੱਫਣ ਵਾਲੀ ਰਹਿ ਗਈ ਆ। ਇੱਧਰ ਬਾਕੀ ਗੱਡੀਆਂ ਜਾ ਰਹੀਆਂ, ਇੱਥੇ ਵੈਕਿਊਮ ਲੱਗਾ ਵਾ, ਹੁਣ ਵੈਕਿਊਮ ਕਰਦੇ ਹਾਂ, ਨਹੀਂ ਤਾਂ ਸਵੇਰੇ ਕਰਾਂਗੇ, ਕਿਉਂਕਿ ਮੇਰਾ ਦਿਲ ਨਹੀਂ ਕਰ ਰਿਹਾ। 9 ਵੱਜ ਗਏ, ਸਵੇਰੇ ਵੈਕਿਊਮ ਕਰਾਂਗੇ। ਗੱਡੀ ਧੋ ਕੇ ਹੁਣ ਆਪਾਂ ਆਏ ਹਾਂ DQ, ਅਤੇ ਇੱਥੇ ਕੁਝ ਮਿੱਠਾ ਖਾਣ ਨੂੰ ਜੀ ਕਰ ਰਿਹਾ ਹੈ। ਸੋ ਆਪਾਂ ਖਾਵਾਂਗੇ ਟ੍ਰਿਪਲ ਬਰਾਊਨੀ ਸਮਥਿੰਗ ਕਰਕੇ ਕੁਝ। ਸੋ ਲੈਟਸ ਸੀ, ਇੰਨੇ ਅਗਲੇ ਵਾਲੇ ਨੇ ਕਾਫੀ ਵੱਡਾ ਆਰਡਰ ਦਿੱਤਾ, ਕਿੰਨਾ ਟਾਈਮ ਲੱਗ ਗਿਆ। ਐਂਡ ਇੱਥੇ ਕੇਕ ਬਹੁਤ ਸਵਾਦ ਹੁੰਦੇ ਇੱਥੋਂ ਦੇ, ਟ੍ਰਿਪਲ ਚੋਕਲੇਟ ਬਰਾਊਨੀ, ਹਾਂ ਚੇਤਾ ਆ ਗਿਆ, ਆਪਾਂ ਇਹ ਖਾਵਾਂਗੇ। ਲਓ ਵੀ ਮਿੱਤਰੋ ਘਰ ਆ ਗਏ ਹਾਂ, ਅਤੇ ਗੱਡੀ ਧੋ ਲਈ ਆ, ਵੈਕਿਊਮ ਕਰਨੀ ਸਵੇਰੇ ਕਰਾਂਗੇ। ਅਤੇ ਬਾਹਰਲੀ ਸਾਈਡ 'ਤੇ ਰੋਡ ਬਹੁਤ ਚੱਲ ਰਿਹਾ, ਅਤੇ ਗੱਡੀਆਂ ਦੀ ਆਵਾਜ਼ ਆ ਰਹੀ ਹੈ। ਹੁਣ ਗਰਮੀ ਥੋੜ੍ਹੀ ਜ਼ਿਆਦਾ ਹੋਣ ਲੱਗ ਪਈ ਹੈ, ਇਸ ਕਰਕੇ ਬਾਜੀ ਖੋਲ੍ਹ ਕੇ ਸੋਣਾ ਪੈਂਦਾ, ਅਤੇ AC ਥੋੜ੍ਹਾ ਜਿਹਾ ਗਾਂਹ ਹੋ ਕੇ ਚਲਾਵਾਂਗੇ, ਕਿਉਂਕਿ AC ਦੇ ਵਿੱਚ ਸੈਂਸਰ ਲੱਗਾ, ਜਦੋਂ 15 ਸੈਲਸੀਅਸ ਤੱਕ ਪਹੁੰਚੂਗਾ ਫਿਰ ਹੀ ਚੱਲਣਾ ਵਾ। ਸੋ ਹੁਣ ਮਿਲਦੇ ਆ ਤੁਹਾਨੂੰ ਮੈਂ ਸਵੇਰੇ। ਗੁੱਡ ਨਾਈਟ ਫੋਰ ਨਾਓ। ਗੁੱਡ ਮਾਰਨਿੰਗ ਜਟੋ, ਕੀ ਹਾਲ ਚਾਲ ਆ? ਸੋ ਅੱਜ ਹੈਗਾ ਵਾ 19 ਤਰੀਕ ਆ ਮੇਰੇ ਖਿਆਲ ਨਾਲ। ਹੋ ਗਿਆ ਮੈਂ ਰੈਡੀ, ਅਤੇ ਅੱਜ ਦਾ ਦਿਨ ਅਤੇ ਕੱਲ੍ਹ ਦਾ ਦਿਨ, 2 ਦਿਨ ਰਹਿ ਗਏ ਕੰਮ ਦੇ ਉੱਤੇ, ਇਹ ਵਾਲੇ ਕੰਮ ਦੇ ਉੱਤੇ। ਉਸ ਤੋਂ ਬਾਅਦ ਫਿਰ ਹੋਰ ਨਵਾਂ ਕੰਮ ਸ਼ੁਰੂ ਕਰਨਾ, ਉਹਦੀਆਂ ਵੀਡੀਓਜ਼ ਵੀ ਤੁਹਾਨੂੰ ਆਉਣਗੀਆਂ। ਅਤੇ ਜਦੋਂ ਆਪਾਂ ਕੰਮ ਛੱਡਦੇ ਹਾਂ ਕੋਈ ਵੀ, ਅਤੇ ਥੋੜ੍ਹੀ ਜਿਹੀ ਘਬਰਾਹਟ ਵੀ ਹੁੰਦੀ, ਕਿਉਂਕਿ ਨਵੇਂ ਕੰਮ 'ਤੇ ਜਾਣਾ, ਸਾਰੇ ਜਣੇ ਨਵੇਂ ਆ, ਅਤੇ ਇੱਕ ਐਕਸਪੀਰੀਅੰਸ ਨਹੀਂ ਹੁੰਦਾ ਬੰਦੇ ਨੂੰ, ਅਤੇ ਉਹ ਚੀਜ਼ ਦੀ ਘਬਰਾਹਟ। ਇੱਥੇ ਹਰ ਕੈਨੇਡਾ ਦੇ ਵਿੱਚ ਜਿਹੜਾ ਵੀ ਇੱਥੇ ਰਹਿੰਦਾ ਵਾ, ਉਹਨੇ ਇਹ ਚੀਜ਼ ਜਿਹੜੀ ਹੈ ਜ਼ਰੂਰ ਵੇਖੀ ਹੋਣੀ ਆਪਣੀ ਜ਼ਿੰਦਗੀ ਦੇ ਵਿੱਚ। ਜਦੋਂ ਵੀ ਆਪਾਂ ਕੰਮ ਛੱਡਦੇ, ਨਵੇਂ ਕੰਮ 'ਤੇ ਜਾਣਾ, ਉੱਥੇ ਟ੍ਰੇਨਿੰਗ ਮਿਲਣੀ, ਨਵੇਂ ਲੋਕ ਵਾਕਫ ਬਣੇ ਆ। ਸੋ ਇਹ ਇੱਕ ਲਾਈਕ ਚੇਂਜਿੰਗ ਸਾਈਕਲ ਜਿਹਾ ਹੁੰਦਾ ਵਾ। ਸੋ ਇਹ ਚੇਂਜਿੰਗ ਸਾਈਕਲ ਦੇ ਵਿੱਚ ਰਾਈਡ ਨੂੰ ਮੈਂ ਲੰਘ ਰਿਹਾ ਵਾ, ਹੁਣ ਦੇਖਦੇ ਹਾਂ ਨਵੇਂ ਕੰਮ 'ਤੇ ਜਾਣਾ ਵਾ, ਅਤੇ ਆਈ ਹੋਪ ਵਧੀਆ ਹੋਊਗਾ। ਅਤੇ ਹਰ ਕੋਈ ਕੰਮ ਇਸੇ ਕਰਕੇ ਚੇਂਜ ਕਰਦਾ ਕਿ ਜਾਂ ਉਹ ਕੰਫਰਟੇਬਲ ਹੁੰਦਾ, ਜਾਂ ਉਹਦੇ ਪੈਸੇ ਜਿਹੜੇ ਆ ਥੋੜ੍ਹੇ ਜਿਹੇ ਇਨਕਰੀਜ਼ ਹੋਣ। ਹਰ ਕੋਈ ਚਾਹੁੰਦਾ ਵੀ ਮੈਂ ਜ਼ਿੰਦਗੀ 'ਚ ਗਰੋਅ ਕਰਾਂ, ਸੋ ਇਸ ਕਰਕੇ ਆਪਾਂ ਐਮਾਜ਼ੋਨ ਨੂੰ ਕਰ ਦਿੱਤੀ ਹੈ ਬਾਏ ਬਾਏ। ਸੋ ਲੈਟਸ ਸੀ ਹੁਣ ਕੀ ਬਣਦਾ ਵਾ, ਅਤੇ ਫਿਲਹਾਲ ਕੰਮ 'ਤੇ ਚੱਲਦੇ ਹਾਂ। ਇੱਧਰ ਸਾਡੇ ਅਪਾਰਟਮੈਂਟ ਦੇ ਬਾਹਰਲੀ ਸਾਈਡ 'ਤੇ ਆ ਗਰਾਊਂਡ, 'ਤੇ ਸਾਰਾ ਹੁਣ ਸੁੱਕ ਗਿਆ ਵਾ। ਪਹਿਲਾਂ ਸਾਰਾ ਸਨੋ ਹੀ, ਹੁਣ ਸੁੱਕ ਗਈ ਹੈ। ਲਾਈਕ ਇੱਧਰ AC ਲੱਗਾ, ਇਹ ਹਜੇ ਪਤਾ ਨਹੀਂ ਕਦੋਂ ਚੱਲਣਾ ਵਾ। ਹੁਣ ਚੱਲੀਏ ਆਪਾਂ ਕੰਮ 'ਤੇ। ਸੋ ਆਪਣੀ ਗੱਡੀ ਜਿਹੜੀ ਆ ਰਾਤ ਦੀ ਸਾਫ਼ ਹੋ ਗਈ ਆ, ਅਤੇ ਬਸ ਅੰਦਰ ਥੋੜ੍ਹੀ ਜਿਹੀ ਗੰਦੀ ਆ, ਇਹਨੂੰ ਸਾਫ਼ ਕਰਨਾ ਹੁਣ। ਅੰਦਰ ਕਾਫ਼ੀ ਜ਼ਿਆਦਾ ਗੰਦੀ ਜੀ, ਥੋੜ੍ਹੀ ਜਿਹੀ ਗੰਦੀ ਨਹੀਂ ਆ, ਇਹਨੂੰ ਅੱਜ ਆਣ ਕੇ ਸਾਫ਼ ਕਰਾਂਗੇ। ਅੱਜ ਹੈਗਾ 8 ਡਿਗਰੀ+ ਦੇ ਵਿੱਚ ਟੈਂਪਰੇਚਰ। ਸੋ ਮੌਸਮ ਬਹੁਤ ਵਧੀਆ ਵਾ, ਧੁੱਪ ਚੜ੍ਹੀ ਆ, ਅਤੇ ਲੋਕ ਹੁਣ ਐਕਸਰਸਾਈਜ਼ ਕਰਨ ਜਾਂ ਉੱਦਾਂ ਬਾਹਰ ਨਿਕਲ ਜਾਂਦੇ ਆ, ਅਤੇ ਸਪੈਸ਼ਲੀ ਬੱਚੇ। ਸੋ ਉਹ ਬੁੱਕ ਖੇਡਣ ਖੁੱਡਣ ਨਿਕਲ ਜਾਂਦੇ, ਅਤੇ ਇਸ ਕਰਕੇ ਡਰਾਈਵ ਜਿਹੜੀ ਆ ਬੜੀ ਕੇਅਰਫੁੱਲ ਕਰਨੀ ਪੈਂਦੀ ਆ। ਇੱਧਰ ਯੈਲੋ ਕਲਰ ਦੀ ਮਸਟੈਂਗ ਲਿਸ਼ਕਾ ਮਾਰਦੀ ਹੋਈ। ਲਓ ਜੀ ਕਰ ਲਓ ਟਿਮ ਹੋਟਲ ਦੇ ਦਰਸ਼ਨ, ਅਤੇ ਹੁਣ ਕੌਫੀ ਚੱਕਦੇ ਹਾਂ, ਇੱਥੇ ਤੋਂ ਬਾਅਦ ਕੰਮ 'ਤੇ ਲੱਗਦੇ ਹਾਂ। ਜਦੋਂ ਬੰਦਾ ਨਵਾਂ ਨਵਾਂ ਕੈਨੇਡਾ ਦੇ ਵਿੱਚ ਆਉਂਦਾ, ਉਦੋਂ ਪੀਂਦਾ ਫ੍ਰੈਂਚ ਵਨੀਲਾ, ਅਤੇ ਫਿਰ ਉਹਨੂੰ ਡਬਲ ਡਬਲ ਦਾ ਪਤਾ ਲੱਗਦਾ, ਅਤੇ ਉਸ ਤੋਂ ਬਾਅਦ ਫਿਰ ਸਟੀਪ ਟੀ, ਹੋਰ ਚਾਏ ਲਾਤੇ, ਕਾਫ਼ੀ ਜ਼ਿਆਦਾ ਦਾ ਪਤਾ ਲੱਗਦਾ। ਪਰ ਨਵਾਂ ਨਵਾਂ ਫ੍ਰੈਂਚ ਵਨੀਲਾ, ਹਰ ਸਟੂਡੈਂਟ ਨੇ ਫ੍ਰੈਂਚ ਵਨੀਲਾ ਪੀਤੀ ਹੋਊਗੀ। ਮਿਲਦਾ ਮੈਂ ਤੁਹਾਨੂੰ ਕੰਮ ਡਨ ਕਰਨ ਤੋਂ ਬਾਅਦ।
लो भी दोस्तों हूँ मैं आ गया घर तो कुछ खाने पीने भुख बहुत ज़्यादा लगी है। सो इधर सामने बस स्टॉप पर बस रुकी है, वो बस के उत्ते भी नंबर लिखा पहली नहीं वेख्या मैं। तो ये बीयर वाले गिलास करी दुध पीता नहीं ना आप पीवेंगे। लो भी मित्र अपना मिल्क बीयर तैयार है, बाकी भांडे हटिए सामने। ये मेरी फेवरेट थिंग है गर्मियों के बच्चे, सो काम से जान लगे बहुत मिस करी थी, गर्मी लगती है हूँ। आप घड़ी बह के इन करा इंजॉय, उस तो बाद फिर नहाने। सो मिलते हैं नैक्सट वीडियो के, अज का दिन अपना यो गया हूँ, घड़ी चिल करते हैं घर आने के काम से, कल का दिन रह गया काम से फिर डन। Thank you.